ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 7 ਸਤਰੰਗੀ ਤਿਤਲੀ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣੀ ਹੈ ਇਸ ਤੋਂ ਇਲਾਵਾ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਫਿਰ ਪੰਜਵੀਂ ਜਮਾਤ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਕਰਵਾਏ ਹੋਏ ਨੇ ਡੱਬਾ ਖਰਗੋਸ਼ ਉਸ ਦਿਨ ਸ਼ਰਾਰਤੀ ਰੋਅ ਵਿੱਚ ਸੀ ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾਹ ਨੇ ਆਖਿਆ ਡੱਬੇ ਖਰਗੋਸ਼ ਤੂੰ ਸਾਨੂੰ ਲਤਾੜ ਰਿਹਾ ਹੈ ਪੌਦਿਆਂ ਨੇ ਆਖਿਆ ਤੂੰ ਸਾਡੀਆਂ ਟਾਹਣੀਆਂ ਨੂੰ ਭੰਨ ਰਿਹਾ ਹੈ ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ ਉਹ ਹਰ ਹਿੱਲੇ ਤਿਤਲੀ ਨੂੰ ਫੜਨਾ ਚਾਹੁੰਦਾ ਸੀ ਤਿਤਲੀ ਉੱਡ ਕੇ ਕਦੀ ਇੱਕ ਝਾੜੀ ਤੇ ਜਾ ਵੜਦੀ ਸੀ ਕਦੇ ਕਦੀ ਦੂਜੀ ਉੱਤੇ ਪਰ ਡੱਬਾ ਖਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ਤਿਤਲੀ ਦੀ ਬਾਰ-ਬਾਰ ਆਪਣੇ ਆਪ ਤਿਤਲੀ ਵੀ ਆ ਬਾਰ-ਬਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹੱਫ ਗਈ ਸੀ ਉਹ ਸਾਂਹੋਂ ਸਾਂਹ ਹੋਈ ਬੋਲਦੀ ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆਇਂ ਮੈਂ ਤਾਂ ਬਹੁਤ ਨਿੱਕੀ ਹਾਂ ਤੂੰ ਮੈਨੂੰ ਵੇਖ ਤਾਂ ਸਕਦਾ ਏ ਨਾ ਤੂੰ ਇੰਨੀ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ ਤਿਤਲੀ ਨੇ ਲੰਮਾ ਸਾਂ ਭਰਿਆ ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏ ਬਸ ਤੈਨੂੰ ਦੇਖ ਕੇ ਮੈਨੂੰ ਖਿਜ ਆ ਰਹੀ ਏ ਤੂੰ ਐਵੇਂ ਫਜ਼ੂਲ ਜਹੀ ਚੀਜ਼ਾਂ ਮੈਂ ਤਾਂ ਹਵਾ ਵੀ ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ ਖਰਗੋਸ਼ ਨੇ ਕਿਹਾ ਫਜ਼ੂਲ ਤਾਂ ਕੁਝ ਵੀ ਨਹੀਂ ਹੁੰਦਾ ਹਰ ਇੱਕ ਜੀਬ ਦੀ ਆਪਣੀ ਲੋੜ ਹੈ ਆਪਣਾ ਕੰਮ ਹੈ ਨਿੱਕੇ ਤੋਂ ਨਿੱਕੇ ਜੀਬ ਦੀ ਵੀ ਆਪਣੀ ਸ਼ਕਤੀ ਹੈ तितਲੀ ਕਹਿਣ ਲੱਗੀ ਸ਼ਕਤੀ ਦੱਬਾ ਖਰਗੋਸ਼ ਹੱਸਣ ਲੱਗਾ ਪਰ ਮੈਨੂੰ ਤੇਰੇ ਵਿੱਚ ਤਾਂ ਇਹੋ ਜਹੀ ਕੋਈ ਸ਼ਕਤੀ ਨਹੀਂ ਦਿਸਦੀ ਕੀ ਪਤਾ ਹੈ तितਲੀ ਨੇ ਕਿਹਾ ਜੇ ਇਹ ਗੱਲ ਹੈ ਤਾਂ ਹੋ ਜਾਏ ਇੱਕ ਮੁਕਾਬਲਾ ਆਪਾਂ ਸਾਡੇ ਘੁਰਨੇਆਂ ਤੱਕ ਜਾਵਾਂਗੇ ਵੇਖਦੇ ਹਾਂ ਉੱਥੇ ਕੌਣ ਪਹਿਲਾਂ ਪਹੁੰਚਦਾ ਏ ਖਰਗੋਸ਼ ਹੰਕਾਰ ਵਿੱਚ ਬੋਲਿਆ ਬਸ ਫੇਰ ਕੀ ਸੀ ਦੋਹਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਡੱਬਾ ਖਰਗੋਸ਼ ਪਲਛਣ ਵਿੱਚ ਹੀ ਤਬੂਸੀਆਂ ਮਾਰਦਾ ਨਜ਼ਰਾਂ ਤੋਂ ਓਲੇ ਹੋ ਗਿਆ तितਲੀ ਆਪਣੇ ਸਤਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ-ਪਿੱਛੇ ਉੱਡ ਪਈ ਉਹ ਬਹੁਤ ਦੇਰ ਤੱਕ ਉੱਡਦੀ ਰਹੀ ਅੱਗੇ ਪਹੁੰਚੀ ਤਾਂ ਓਨੂੰ ਛੀਲ ਦੇ ਕਿਨਾਰੇ ਡੱਬਾ ਖਰਗੋਸ਼ ਨਿਮੋਚੂਨਾ ਹੋਇਆ ਬੈਠਾ ਦਿਸ ਪਿਆ ਤੂੰ ਖਲੋ ਕਿਉਂ ਗਿਆ ਏ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਖਿਆ ਅੱਗੇ ਝੀਲ ਜੂ ਹੈ ਜੇ ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ ਫਿਰ ਮੇਰੇ ਕੋਲੋਂ ਪਾਣੀ ਚੋਂ ਨਿਕਲਿਆ ਨਹੀਂ ਜਾਣਾ ਤਿਤਲੀ ਉੱਡ ਕੇ ਪਾਣੀ ਉੱਤੇ ਤਰ ਰਹੇ ਇੱਕ ਪੱਤੇ ਉੱਤੇ ਬੈਠ ਗਈ। ਵੇਖ, ਛੀਲ ਮੈਨੂੰ ਕੁਝ ਨਹੀਂ ਕਹਿ ਰਹੀ। ਡੱਬਾ ਖਰਗੋਸ਼ ਚੁੱਪ ਰਿਹਾ। ਮੈਂ ਤਾਂ ਉੱਡ ਕੇ ਵੀ ਛੀਲ ਦੇ ਪਾਰ ਜਾ ਸਕਦੀ ਹਾਂ। ਤਿਤਲੀ ਨੇ ਡੱਬੇ ਖਰਗੋਸ਼ ਨੂੰ ਕਿਹਾ, ਮੈਂ ਉੱਡ ਨਹੀਂ ਸਕਦਾ। ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਬਸੀ ਸੀ। ਕੋਈ ਗੱਲ ਨਹੀਂ, ਤੂੰ ਉੱਤੋਂ ਦੀ ਬੜ ਦੇ ਕੇ ਛੀਲ ਦੇ ਅਗਲੇ ਪਾਰ ਪਹੁੰਚ। ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰਾਂਗੇ। ਸ਼ੁਰੂ ਕਰ ਲਵਾਂਗੇ। ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਪਣਾ ਅਤ ਨਾਲ ਆਖਿਆ ਡੱਬੇ ਖਰਗੋਸ਼ ਦੇ ਜਾਣ ਪਿੱਛੋਂ तितਲੀ ਉੱਡੀ ਤੇ ਛੀਲ ਦੇ ਅਗਲੇ ਪਾਰ ਪਹੁੰਚ ਗਈ ਡੱਬੇ ਖਰਗੋਸ਼ ਦਾ ਹਾਲੇ ਕਿਦਰੇ ਕੋਈ ਨਾ ਨਿਸ਼ਾਨ ਵੀ ਨਹੀਂ ਸੀ ਸਾਹਮਣੇ ਫੁੱਲਾਂ ਦੀ ਬਾਦੀ ਸੀ ਫੁੱਲਾਂ ਦੀ ਬਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ ਉਹ ਕੁਝ ਚਿਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਫੁੱਲਾਂ ਵੱਲ ਉੱਡ ਪਈ ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ ਇਕ ਕੋਕਰਨੇ ਕੋਲ ਬੈਠਾ ਇੱਕ ਬੁੱਢਾ ਖਰਗੋਸ਼ ਚੁੱਪ ਚਾਪ तितਲੀ ਨੂੰ ਵੇਖਦਾ ਰਿਹਾ तितਲੀ ਉਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ ਸਤਰੰਗੀ तितਲੀ ਇੱਕ ਫੁੱਲ ਉੱਤੇ ਬੈਠ ਗਈ ਬਾਬਾ ਖਰਗੋਸ਼ ਇੱਥੇ ਤਾਂ ਬਹੁਤ ਸੋਹਣੇ ਸੋਹਣੇ ਫੁੱਲ ਨੇ ਹਾਂ ਬਹੁਤ ਸੋਹਣੇ ਨੇ ਬਿਲਕੁਲ ਤੇਰੇ ਸਤਰੰਗੇ ਪਰਾਂ ਵਰਗੇ ਬੁੱਢਾ ਖਰਗੋਸ਼ ਹੱਸਿਆ ਜੇ ਤੈਨੂੰ ਇਹ ਫੁੱਲ ਇੰਨੇ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ ਇੰਨੇ ਸਾਰੇ ਫੁੱਲਾਂ ਵਿੱਚ ਰਹਿਣ ਨੂੰ ਮੇਰਾ ਵੀ ਜੀ ਕਰਦਾ ਪਰ ਪਰ ਕੀ ਬੁੱਢਾ ਖਰਗੋਸ਼ ਪੁੱਛਣ ਲੱਗਾ ਸਤਰੰਗੀ तितਲੀ ਹਾਲੇ ਮੂੰਹੋਂ ਕੁਝ ਬੋਲਣ ਹੀ ਲੱਗੀ ਸੀ ਕਿ ਸਾਹੋਂ ਸਾਹ ਹੋਇਆ ਡੱਬਾ ਖਰਗੋਸ਼ ਵੀ ਉੱਥੇ ਪਹੁੰਚ ਗਿਆ ਚੱਲ ਹੁਣ ਇੱਥੋਂ ਫਿਰ ਮੁਕਾਬਲਾ ਸ਼ੁਰੂ ਕਰਦੇ ਹਾਂ ਡੱਬਾ ਖਰਗੋਸ਼ ਹਫਦਾ ਹੋਇਆ ਬੋਲਿਆ ਇਸ ਤੋਂ ਅੱਗੇ ਤਾਂ ਨਦੀ ਹੈ तितਲੀ ਬੋਲੀ ਹਾਂ ਇਸ ਤੋਂ ਅੱਗੇ ਤਾਂ ਨਦੀ ਹੈ ਡੱਬੇ ਖਰਗੋਸ਼ ਨੂੰ ਨਦੀ ਦਾ ਚੇਤਾ ਹੀ ਨਹੀਂ ਸੀ ਰਿਹਾ ਉਸ ਹਾਰਿਆ ਵਾਂਗ ਸਿਰ ਛੁੱਟ ਲਿਆ ਡੱਬੇ ਮੈਨੂੰ ਪਤਾ ਹੈ ਤੂੰ ਬਹੁਤ ਤੇਜ਼ ਦੌੜਦਾ ਹੈ ਇਸ ਲਈ ਮੈਂ ਹਾਰ ਮੰਨ ਲੈਨੀ ਆ ਤਿਤਲੀ ਉੱਡ ਕੇ ਉਹਦੇ ਕੋਲ ਜਾ ਬੈਠੀ ਹੁਣ ਤਾਂ ਤੂੰ ਖੁਸ਼ ਹੈ ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ ਤਿਤਲੀ ਵੱਲ ਵੇਖਿਆ ਮੈਨੂੰ ਆਲੇ-ਪੋਲੇ ਖਰਗੋਸ਼ ਬਹੁਤ ਚੰਗੇ ਲੱਗਦੇ ਨੇ ਤੁਹਾਨੂੰ ਵੇਖ ਕੇ ਸਭ ਨੂੰ ਖੁਸ਼ੀ ਮਿਲਦੀ ਹੈ ਸਤਰੰਗੀ ਤਿਤਲੀ ਨੇ ਮੁਸਕਰਾਉਂਦਿਆਂ ਹੋਇਆਂ ਖਰਗੋਸ਼ ਨੂੰ ਕਿਹਾ ਜੇ ਖਰਗੋਸ਼ ਮੇਰੇ ਦੋਸਤ ਹੋ ਜਾਣ ਤਾਂ ਮੈਂ ਇੱਥੇ ਹੀ ਰਹਿ ਪਾਵਾਂ ਨਹੀਂ ਤਾਂ ਚੱਲੀ ਜਾਵਾਂ ਬੁੱਢੇ ਖਰਗੋਸ਼ ਨੇ ਬੁੱਢੇ ਖਰਗੋਸ਼ ਨੂੰ ਡੱਬੇ ਖਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਪਹਿਲੀ ਗੱਲਬਾਤ ਦਾ ਕੁਝ ਪਤਾ ਨਹੀਂ ਸੀ ਉਸਨੇ ਆਖਿਆ ਸਤਰੰਗੀ ਤਿਤਲੀਏ ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ਅਸੀਂ ਤਾਂ ਸਭ ਦੇ ਦੋਸਤ ਹਾਂ ਫੁੱਲਾਂ ਦੇ ਵੀ ਤਿਤਲੀਆਂ ਦੇ ਵੀ ਜੇ ਤਿਤਲੀਆਂ ਫੁੱਲਾਂ ਦਾ ਢੂਡਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ਫੁੱਲ ਕਿਵੇਂ ਖਿੜਨ ਜੰਗਲ ਟਾਪੂ ਸੋਹਣੇ ਕਿਵੇਂ ਲੱਗਣ ਤੂੰ ਇੱਥੇ ਹੀ ਰਹਿ ਅਸਲ ਵਿੱਚ ਇਹ ਤੇਰੀ ਹੀ ਥਾਂ ਹੈ ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ ਉਹ ਬੋਲਿਆ ਸਤਰੰਗੀ तितਲੀਏ ਤੂੰ ਜਿਹੜੀ ਗੱਲ ਸਮਝਾਉਣੀ ਸੀ ਮੈਂ ਮੈਨੂੰ ਉਸ ਦੀ ਸਮਝ ਲੱਗ ਗਈ ਹੈ ਮੈਂ ਹਉਮੇ ਦੇ ਰੋ ਵਿੱਚ ਮੂਰਖ ਹੋ ਗਿਆ ਸਾਂ ਤੂੰ ਖੁਦ ਨੂੰ ਹਾਰਿਆ ਕਹਿ ਕੇ ਵੀ ਜਿੱਤ ਗਈ ਹੈ ਤੇਰੀ ਇਸ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ ਮਾਤ ਖਾ ਜਾਵੇ ਹੁਣ ਬੱਚਿਓ ਆਪਾਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ ਸ਼ਰਾਤੀ ਰੋ ਚੰਬਲਣਾ ਹਿੱਲਾ ਤਰੀਕਾ ਹਫਣਾ ਸਾਹ ਚੜਨਾ ਥੱਕਣਾ ਗੁਰਨਾ ਖਰਗੋਸ਼ ਤੇ ਰਹਿਣ ਦੀ ਥਾਂ ਓਲੇ ਅੱਖਾਂ ਤੋਂ ਪਰੇ ਬੇਬਸੀ ਬਸ ਵਿੱਚ ਨਾ ਹੋਣਾ ਆਪਣਤ ਆਪਣਾ ਪਾਣਾ ਸਾਹੋਂ ਸਾਹ ਹੋਣਾ ਸਾਹ ਚੜਨਾ ਥੱਕ ਜਾਣਾ ਦਿਤਾੜਨਾ ਮਿੱਦਣਾ ਖਰਾਬ ਕਰਨਾ ਚੈਨ ਆਰਾਮ ਲੰਮਾ ਸਾਹ ਭਰਨਾ ਹੌਂਕਾ ਲੈਣਾ ਪਲਛਣਾ ਬਹੁਤ ਜਲਦੀ ਨਮੋਜੂਣਾ ਉਦਾਸ ਬਲਦੀ ਕੀ ਉਪਰੋਂ ਕੁਮਕੀ ਫੁੱਲਾਂ ਦੀ ਬਾਦੀ ਜਿੱਥੇ ਬਹੁਤ ਸਾਰੇ ਫੁੱਲ ਲੱਗੇ ਹੋਣ ਸਿਰ ਸੁੱਟ ਲੈਣਾ ਹੌਸਲਾ ਛੱਡ ਦੇਣਾ ਫੁੱਲਾਂ ਦਾ ਧੂੜਾ ਫੁੱਲਾਂ ਦੇ ਪਰਾਗ ਕਣ ਫੁੱਲਾਂ ਉੱਤੇ ਪਿਆ ਆਟੇ ਵਰਗਾ ਪਦਾਰਥ ਟਾਪੂ ਸਮੁੰਦਰ ਦੇ ਵਿਚਕਾਰ ਖਾਲੀ ਜਗ੍ਹਾ ਹਉਮੈ ਹੰਕਾਰ ਖੁਦ ਆਪ ਆਲੇ-ਪੋਲੇ ਬੋਲੇ-ਪਾਲੇ ਮਾਤ ਖਾ ਜਾਣਾ ਹਾਰ ਜਾਣਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਸਾਨੂੰ ਆਪਣੇ ਆਪ ਉੱਤੇ ਕਮਾਂਡ ਨਹੀਂ ਕਰਨਾ ਚਾਹੀਦਾ ਕਿਸੇ ਵੀ ਜੀਵ ਜੰਤੂ ਨੂੰ ਫਜ਼ੂਲ ਨਹੀਂ ਸਮਝਣਾ ਚਾਹੀਦਾ ਹਰ ਇੱਕ ਜੀਵ ਜੰਤੂ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਗਲਤੀ ਮੰਨ ਲੈਣਾ ਇੱਕ ਚੰਗਾ ਗੁਣ ਹੈ ਹੁਣ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਦੇ ਹਾਂ ਜ਼ੁਬਾਨੀ ਅਭਿਆਸ ਪ੍ਰਸ਼ਨ ਨੰਬਰ 1 ਤਿਤਲੀ ਕਿਹੋ ਜਿਹੀ ਹੁੰਦੀ ਹੈ ਬੱਚੋ ਤਿਤਲੀ ਕਿਹੋ ਜਿਹੀ ਹੁੰਦੀ ਹੈ ਤਿਤਲੀ ਸਤਰੰਗੀ ਹੁੰਦੀ ਹੈ ਇਹ ਵਾਲਾ ਆਪਾਂ ਉੱਤਰ ਲਿਖ ਦਾਂਗੇ ਤਿਤਲੀ ਸੱਤ ਰੰਗੀ ਹੁੰਦੀ ਹੈ ਪ੍ਰਸ਼ਨ ਨੰਬਰ 2 ਖਰਗੋਸ਼ ਕਿੱਥੇ ਰਹਿੰਦੇ ਹਨ ਖਰਗੋਸ਼ ਕਿੱਥੇ ਰਹਿੰਦੇ ਨੇ ਬੱਚਿਓ ਖਰਗੋਸ਼ ਘੁਰਨਿਆਂ ਵਿੱਚ ਰਹਿੰਦੇ ਹਨ ਇਹ ਵਾਲਾ ਉੱਤਰ ਲਿਖ ਦਾਂਗੇ ਆਪਾਂ ਨੰਬਰ 3 ਫੁੱਲਾਂ ਦੇ ਬੀਜ ਕਿਵੇਂ ਬਣਦੇ ਹਨ ਫੁੱਲਾਂ ਦੁਬਾਰਾ ਤਿਤਲੀ ਤਿਤਲੀਆਂ ਦੁਬਾਰਾ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲਜਾਣ ਕਰਕੇ ਬੀਜ ਬਣਦੇ ਹਨ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਦੇ ਨੇ ਬੱਚਿਓ ਤਿਤਲੀਆਂ ਦੁਬਾਰਾ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲਜਾਣ ਕਰਕੇ ਨੰਬਰ 4 ਟਾਪੂ ਕਿਸ ਨੂੰ ਕਹਿੰਦੇ ਹਨ ਚਾਰੇ ਪਾਸਿਓਂ ਪਾਣੀ ਨਾਲ ਘिरी ਧਰਤੀ ਦੇ ਪਿਛੇ ਨੂੰ ਟਾਪੂ ਕਹਿੰਦੇ ਹਨ ਧਰਤੀ ਦੇ ਹਿੱਸੇ ਨੂੰ ਠੀਕ ਹੈ ਧਰਤੀ ਦੇ ਹਿੱਸੇ ਨੂੰ ਟਾਪੂ ਕਹਿੰਦੇ ਹਨ ਆਡਾ ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਸਾਨੂੰ ਪਹਿਲਾ ਪ੍ਰਸ਼ਨ ਹੈ तितਲੀ ਉੱਡ ਕੇ ਕਿੱਥੇ ਬੈਠ ਗਈ तितਲੀ ਉੱਡ ਕੇ ਵਿੱਚੋਂ ਕਿੱਥੇ ਬੈਠੀ ਸੀ ਤਿਤਲੀ ਉੱਡ ਕੇ ਚੀਲ ਦੇ ਅਗਲੇ ਪਾਰ ਪਹੁੰਚ ਗਈ। ਨੰਬਰ 2 ਚੀਲ ਦੇ ਅਗਲੇ ਪਾਰ ਸਾਹਮਣੇ ਕੀ ਸੀ? ਚੀਲ ਦੇ ਅਗਲੇ ਪਾਰ ਸਾਹਮਣੇ ਫੁੱਲਾਂ ਦੀ ਬਾਦੀ ਸੀ। ਨੰਬਰ 3 ਫੁੱਲਾਂ ਦੀ ਬਾਦੀ ਵਿੱਚ ਕੀ ਸੀ? ਫੁੱਲਾਂ ਦੀ ਬਾਦੀ ਵਿੱਚ ਖਰਗੋਸ਼ਾਂ ਦੇ ਘਰਨੇ ਸਨ। ਬੁੱਢਾ ਖਰਗੋਸ਼ ਕੀ ਕਰ ਰਿਹਾ ਸੀ? ਬੁੱਢਾ ਖਰਗੋਸ਼ ਚੁੱਪਚਾਪ तितਲੀ ਨੂੰ ਵੇਖ ਰਿਹਾ ਸੀ। ਹੁਣ ਆਪਾਂ ਖਾਲੀ ਥਾਵਾਂ ਕਰਾਂਗੇ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਨੰਬਰ 1 ਡੱਬਾ ਖਰਗੋਸ਼ ਉਸ ਨੂੰ ਡੈਸ਼ ਨਹੀਂ ਸੀ ਲੈਣ ਦੇ ਰਿਹਾ ਕੀ ਨਹੀਂ ਲੈਣ ਦੇ ਰਿਹਾ ਸੀ ਚੈਨ ਨੰਬਰ 2 ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਡੈਸ਼ ਹੁੰਦੀ ਹੈ ਕੀ ਹੁੰਦੀ ਹੈ ਬੱਚਿਓ ਸ਼ਕਤੀ ਨੰਬਰ 3 ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਡੈਸ਼ ਸੀ ਆਵਾਜ਼ ਵਿੱਚ ਕੀ ਸੀ ਬੱਚਿਓ ਬੇਵਸੀ ਨੰਬਰ 4 ਅਸੀਂ ਤਾਂ ਡੈਸ਼ ਦੇ ਦੋਸਤ ਹਾਂ ਕਿਸ ਦੇ ਦੋਸਤ ਹਾਂ ਸ਼ਬਦ ਦੇ निकी छोटी शक्ति ताकत पर वर्गे खंबा वर्गे चेता जाद शक्ति दोस्त मित्र हौम हंकार हेठ दिखाई सत्रह में ढुकमें विश्राम चिन्ह लाओ बच्चों अपने विश्राम चिन्ह ला के ये पैरा दुबारा लिख दिता है सब तो पहला आप दोमे लावे क्योंकि यह किसी की कही हुई गल है ठीक है फिर आप देखा फिर आप इतने कोमें बंद कर देवेंगे पैरा पढ़ते हैं ਤੂੰ ਇਨੀ ਨਿੱਕੀ ਵੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਤੇ ਇੱਥੇ ਆਪਾਂ ਕੋਮੇ ਲਾ ਕੇ ਬੰਦ ਕਰ ਦਾਂਗੇ ਇਸ ਤੋਂ ਬਾਅਦ ਇੱਕ ਕੋਮਾ ਠੀਕ ਹੈ ਖਰਗੋਸ਼ ਬੋਲਿਆ ਇਸ ਤੋਂ ਬਾਅਦ ਡੰਡੀ ਠੀਕ ਹੈ तितਲੀ ਨੇ ਲੰਮਾ ਸਾਂ ਭਰਿਆ ਕੋਮਾ ਫਿਰ ਇੱਥੇ ਦੋ ਕੋਮੇ ਲਾਵਾਂਗੇ ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ ਕੋਮਾ ਫਿਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਹੈ ਕੁਐਸਚਨ ਮਾਰਕ ਲਾਵਾਂਗੇ ਇੱਥੇ ਠੀਕ ਹੈ ਫਿਰ ਦੋ ਕੋਮੇ ਰੱਖ ਕੇ ਬੰਦ ਕਰ ਦਾਂਗੇ ਅੱਗੇ ਆ ਗਿਆ ਅਧੂਰੀ ਕਹਾਣੀ ਪੂਰੀ ਕਰੋ ਅੱਗੇ ਆਪਾਂ ਨੂੰ ਅੱਧੀ ਕਹਾਣੀ ਲਿਖ ਕੇ ਦਿੱਤੀ ਹੋਈ ਹੈ ਆਪਾਂ ਨੇ ਉਸ ਤੋਂ ਪੂਰੀ ਕਹਾਣੀ ਲਿਖਣੀ ਹੈ ਇੱਕ ਵਾਰ ਦੀ ਗੱਲ ਹੈ ਮੈਂ ਛੁੱਟੀ ਹੋਣ ਤੇ ਘਰ ਆ ਕੇ ਆਪਣਾ ਸਾਈਕਲ ਬਰਾਂਡੇ ਵਿੱਚ ਖੜੀ ਕੀਤੀ ਜਦੋਂ ਮੈਂ ਆਪਣਾ ਵਸਤਾ ਚੁੱਕਣ ਲੱਗਾ ਤਾਂ ਹੀਠਾਂ ਬਰਾਂਡੇ ਵਿੱਚ ਕੱਖਾਂ ਦਾ ਢੇਰ ਵੇਖਿਆ ਮੈਂ ਛੱਤ ਵੱਲ ਵੇਖਿਆ ਤਾਂ ਪਤਾ ਲੱਗਿਆ ਕਿ ਉੱਥੇ ਇੱਕ ਚਿੜੀ ਆਪਣਾ ਆਦਨਾ ਬਣਾਉਣ ਦੀ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਜਗ੍ਹਾ ਚਿੜੀ ਨੇ ਆਲਣਾ ਪਾਉਣਾ ਸੀ ਉੱਥੇ ਲੋਹੇ ਦੇ ਪੈਂਪ ਤੋਂ ਕੱਖ ਤਿਲਕ ਕੇ ਇਹ ਠਾਂ ਡਿੱਗੀ ਜਾ ਰਹੇ ਸਨ ਮੈਂ ਆਪਣਾ ਅਵਸਥਾ ਅੰਦਰ ਰੱਖਣ ਚਲਾ ਗਿਆ ਫਿਰ ਮੈਨੂੰ ਸਾਡੇ ਅਧਿਆਪਕ ਜੀ ਦੀ ਗੱਲ ਜ਼ਿਆਦਾ ਹੀ ਉਹਨਾਂ ਨੇ ਇੱਕ ਦਿਨ ਸ਼੍ਰੇਣੀ ਵਿੱਚ ਸਾਨੂੰ ਕਿਹਾ ਸੀ ਕਿ ਸਾਨੂੰ ਪੰਛੀਆਂ ਨਾਲ ਵੀ ਮਿੱਤਰਤਾ ਕਰਨੀ ਚਾਹੀਦੀ ਹੈ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ ਮੈਂ ਬਾਹਰੋਂ ਇੱਕ ਰੱਸੀ ਦਾ ਬਿੰਨਾ ਬਣਾਇਆ ਅਤੇ ਜਿਸ ਪੈਂਪ ਤੇ ਚਿੜੀ ਆਲਣਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉੱਥੇ ਇਸ ਤਰ੍ਹਾਂ ਬੰਨਿਆ ਕਿ ਚਿੜੀ ਦੁਬਾਰਾ ਰੱਖੇ ਗਏ ਕੱਖ ਇਹ ਠਾਣਾ ਡਿੱਗ ਸਕਣ ਜਦੋਂ ਮੈਂ ਦੂਜੇ ਦਿਨ ਸਕੂਲੋਂ ਘਰ ਆ ਕੇ ਵੇਖਿਆ ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਚਿੜੀ ਨੇ ਆਪਣਾ ਆਲਣਾ ਉਸ ਬਿੰਨੇ ਦੇ ਉੱਪਰ ਪੂਰਾ ਬਣਾ ਲਿਆ ਸੀ ਕੁਝ ਦਿਨ ਬਾਅਦ ਚਿੜੀ ਨੇ ਉਸ ਆਲਣੇ ਵਿੱਚ ਦੋ ਨਿੱਕੇ-ਨਿੱਕੇ ਮਟਮਲੇ ਆਂਡੇ ਦਿੱਤੇ ਕੁਝ ਦਿਨਾਂ ਚਿੜੀ ਆ ਕੇ ਉਹਨਾਂ ਉੱਤੇ ਬੈਠਦੀ ਰਹੀ ਕੁਝ ਕੁਝ ਚਿਰ ਕੁਝ ਦਿਨਾਂ ਮੰਗਰੋਂ ਉਹਨਾਂ ਵਿੱਚੋਂ ਦੋ ਨਿੱਕੇ-ਨਿੱਕੇ ਬੋਟ ਨਿਕਲੇ ਇਨ੍ਹਾਂ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਚਿੜੀ ਬਾਹਰੋਂ ਦਾਣੇ ਜਾਂ ਕੀੜੇ ਮਕੌੜੇ ਚੁੱਕ-ਚੁੱਕ ਕੇ ਲਿਆਉਣ ਲੱਗੀ ਬੋਟ ਅੱਗੋਂ ਚੀਂ-ਚੀ ਕਰਦੇ ਹੋਏ ਆਪਣੇ ਨਿੱਕੇ-ਨਿੱਕੇ ਮੂੰਹ ਖੋਲ੍ਹ ਕੇ ਅੱਗੇ ਵਧਾਉਂਦੇ ਸਨ ਤੇ ਚਿੜੀ ਉਹਨਾਂ ਵਿੱਚ ਦਾਣੇ ਜਾਂ ਕੀੜੇ ਮਕੌੜਾ ਪਾ ਦਿੰਦੀ ਸੀ ਇਹ ਖੇਡ 15 ਕੁ ਦਿਨ ਚੱਲਦੀ ਰਹੀ ਹੁਣ ਚਿੜੀਆਂ ਹੁਣ ਬੱਚਿਆਂ ਦੇ ਨਿੱਕੇ-ਨਿੱਕੇ ਖੰਭ ਵੀ ਨਿਕਲ ਆਏ ਸਨ ਅਗਲੇ ਕੁਝ ਦਿਨਾਂ ਵਿੱਚ ਉਹ ਬੱਚੇ ਹੋਰ ਵੀ ਪਲ ਗਏ ਇੱਕ ਦਿਨ ਮੈਂ ਦੇਖਿਆ ਕਿ ਇੱਕ ਬੱਚਾ ਉੱਡ ਕੇ ਨੇੜੇ ਦੀ ਕੰਧ ਦਾ ਉੱਤੇ ਜਾ ਬੈਠਾ ਸੀ ਤੇ ਫਿਰ ਉਸਨੇ ਇੱਕ ਹੋਰ ਉਡਾਰੀ ਮਾਰੀ ਤੇ ਸਾਹਮਣੇ ਦਰਖਤ ਦੀ ਟਹਿਣੀ ਉੱਤੇ ਜਾ ਬੈਠਾ ਅਗਲੇ ਦਿਨ ਦੂਜਾ ਬੱਚਾ ਵੀ ਉੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਥੋੜਾ ਜਿਹਾ ਉੱਡ ਕੇ ਫਿਰ ਡਿੱਗ ਪੈਂਦਾ ਸੀ ਮੈਂ ਉਸ ਨੂੰ ਮੁਰ ਆਲਨੇ ਵਿੱਚ ਰੱਖ ਦਿੱਤਾ ਉਸ ਤੋਂ ਅਗਲੇ ਦਿਨ ਮੈਂ ਉਸ ਤੋਂ ਅਗਲੇ ਦਿਨ ਉਹ ਮੈਨੂੰ ਦਿਸਿਆ ਹੀ ਨਾ ਚਿੜੀ ਵੀ ਉਸ ਆਲਨੇ ਵਿੱਚ ਬਹੁਤ ਘੱਟ ਹੁਣ ਘੱਟ ਹੀ ਆਉਂਦੀ ਸੀ ਚਿੜੀ ਵੀ ਉਸ ਆਲਨੇ ਵਿੱਚ ਹੁਣ ਘੱਟ ਹੀ ਆਉਂਦੀ ਸੀ ਅਬ ਜੋ ਪਾਠ ਹੈਡਾ ਪੂਰਾ ਹੋ ਚੁੱਕੇ ਹੈ ਤੁਸੀਂ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਕਰ ਸਕਦੇ ਹੋ ਪਲੇਲਿਸਟ ਦੇ ਵਿੱਚ ਜਾ ਕੇ ਪੰਜਵੀਂ ਜਮਾਤ ਦੀ ਪਲੇਲਿਸਟ ਹੈ ਸਾਰੇ ਪਾਠ ਮਿਲ ਜਾਣਗੇ ਅਗਲੀ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ